हाँ जी। तो यारो किवें सारे? हाँ जी यारो, ये जो तुसी देख रहे हो ये ढक्कण हैगा मोनोडेक का, तुसी देखिया हैगा। ते ये ना तुसी कहे हो बाई कलर ढक्कण चक्की फिरदा, ते तुसी दस दें भी ये जो जो दोस्तों ने पेटी थले डेक लाउणा हुंदा हैगा भी इदा पत्ती वगैरह ला के आपां नूं ला सकदे। ते सारी वीडियो एंड तक देखियो ते तुसी दस दें भी किदा किदा नट नुट ला के ढक्कण कसया जांदा हैगा। ਤੇ ਹੁਣ ਵਰਕਸ਼ਾਪ 'ਚ ਆਏ ਹਾਂ, ਇਹ ਵੈਲਡਿੰਗ ਵਗੈਰਾ ਕਰਾ ਕੇ ਤੁਹਾਨੂੰ ਦੱਸਦੇ ਕੀ ਕੁਛ ਕਰਾਉਣੇ ਦਾ। ਤੇ ਬਾਈ ਹੁਣੀ ਪੀਂਦੇ ਆ ਚਾਹ, ਤੇ ਆਪਾਂ ਪੱਤੀ ਚਾਹ ਨੂੰ ਪੱਤੀ ਵਗੈਰਾ ਕੱਟ ਲੈਂਦੇ ਹੈਗੇ, ਤੇ ਪੱਤੀ ਦੋ ਹਿੱਸੇ ਕਰਨੇ ਪੈਣਗੇ ਕਿਉਂਕਿ ਆਡਰ ਨਾਟਾਂ 'ਤੇ ਲੱਗੂਗੀ ਨਾ। ਅਤੇ ਉਹ ਤੁਹਾਨੂੰ ਦੱਸ ਦੇਗੇ ਆਹ ਪ੍ਰੈਸ ਜੀ ਆ ਗਈ, ਇਹਦੇ ਉੱਤੇ ਅੱਕੇ ਜੇ ਕੱਟਦੇ ਹੁੰਦੇ ਪ੍ਰੈਸ। ਲਓ ਜੀ ਪੱਤੀ ਆਪਾਂ ਦੋ ਕਰ ਲਈਆਂ ਨੇ, ਦੋ ਪੱਤੀਆਂ ਹੋ ਗਈਆਂ। ਅਤੇ ਇਹਦੇ ਸੈਂਟਰ 'ਚ ਸੱਲ ਵੱਜੂਗਾ ਹੁਣ, ਅਤੇ ਢੱਕਣ ਦੇ ਵਿੱਚ ਲੱਗ ਜੂਗੀ। ਅਤੇ ਬਸ ਲਾਉਣੇ ਆ ਕਿ ਬੈਲਟ ਵਗੈਰਾ ਕਰਾਉਣੇ, ਤੁਹਾਨੂੰ ਦੱਸਦੇ ਹਾਂ ਵੀ ਕਿੱਦਾਂ ਕਿੱਦਾਂ ਲੱਗੂਗਾ, ਵੀ ਕਿੱਦਾਂ ਪਲੇਅਰ ਫਿੱਟ ਆਊਗਾ ਮੋਨੋ ਥੱਲੇ, ਵੀ ਕਿੱਦਾਂ ਪਕੜ ਬਣੂਗੀ। ਪੱਕੀ ਵਾਲੀ ਆ ਪੱਤੀ ਜੱਸੀ, ਡੈਡ ਜਾਂਦਾ ਨਾ ਚੂੜੀ ਨਾ ਪਵੇ। ਬਿਲਡਿੰਗ ਹੋਊਗੀ ਅਤੇ ਆਹ ਦੇਖੋ ਲੈ ਆਏ ਓਲਡਰ ਹੋ ਗਿਆ। ਨਹੀਂ ਆਪਣੇ ਤਾਂ ਦੁਕਾਨ ਆਈ ਇੱਥੇ। ਹਾਂਜੀ ਸੇਕ ਮਾਰੇ ਹੋਣਾ ਕਰਦੇ ਹੋ ਜੀ, ਨਟ ਵਗੈਰਾ ਲੱਗ ਗਏ ਨੇ ਅਤੇ ਤੁਸੀਂ ਬੈਲਟ ਵਗੈਰਾ ਹੋ ਕੇ, ਅਤੇ ਢੱਕਣ ਥੋੜ੍ਹਾ ਤੁਹਾਨੂੰ ਪਤਾ ਵੀ ਬੋਡੀ ਦਾ ਨਰਮ ਹੀ ਹੁੰਦਾ ਗਾ, ਅਤੇ ਕਰੰਟ ਥੋੜ੍ਹਾ ਜ਼ਿਆਦਾ ਸੀ ਉਹਦੇ ਕਰਕੇ ਵੀ ਉੱਪਰ ਵੀ ਦਾਗ ਆ ਗਏ ਨੇ ਢੱਕਣ ਦੇ। ਅਤੇ ਬਾਕੀ ਬੈਲਟ ਵਗੈਰਾ ਤੁਸੀਂ ਦੇਖੋ, ਪੱਤੀ ਵਗੈਰਾ ਆਪਾਂ ਅੰਦਰ ਲਵਾਈਆ, ਅੰਦਰ ਵੀ ਸਿੱਧੀ ਬੈਲਟ ਕਰਵਾਈ ਆਪਾਂ, ਦੇਖੋ ਅੰਦਰ ਵੀ ਸਿੱਧੀ ਬੈਲਟ ਕਰਵਾਈ ਆ। ਅਤੇ ਹੁਣ ਚੱਲੇ ਸ਼ੋਪ 'ਤੇ, ਇਹਨੂੰ ਕਰਦੇ ਹਾਂ ਬਸ ਪਲੇਅਰ 'ਤੇ ਫਿੱਟ, ਅਤੇ ਤੁਹਾਨੂੰ ਦਿਖਾਉਂਦੇ ਹਾਂ ਫਿਰ ਵੀ ਕਿੱਦਾਂ ਲੱਗਦਾ ਪਲੇਅਰ ਕਸਿਆ ਹੋਇਆ, ਵੀ ਇਹ ਸ਼ੋ ਬਣਦੀ ਹੈ ਕਿ ਨਹੀਂ ਬਣਦੀ। ਦੋਸਤੋ ਬਾਕੀ ਜੋ ਜੋ ਦੋਸਤ ਆਪਣੇ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡੇ ਟਰਗਣ ਘੰਟ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਲੋ ਜੀ ਢੱਕਣ ਦਾ ਆਪਾਂ ਹੁਣ ਇਹਦਾ ਕੱਸ ਲਿਆ, ਬਿਲਕੁਲ ਓਕੇ ਕਸਿਆ ਗਿਆ। ਅਤੇ ਇੱਧਰ ਨਟ ਵਗੈਰਾ ਵੱਜਣਗੇ ਵਾਲੇ, ਇਹ ਫੇਰ ਹੀ ਤਾਂ ਪਕੜਾ ਬਣੂਗੀ, ਇੱਧਰ ਵੀ ਨਟ ਲਾਉਣੇ ਪੈਣਗੇ ਕਿਉਂਕਿ ਥੱਲੇ ਜੋ ਪਲੇਅਰ ਹੁੰਦਾ ਉਹਦੇ ਨਹੀਂ ਨਟ ਲਾਉਣ ਦੀ ਜ਼ਰੂਰਤ ਹੁੰਦੀ। ਅਤੇ ਇਹਦੇ ਉੱਪਰ ਮਤਲਬ ਕਾਬਲੇ ਕੁਬਲੇ ਕੱਢਤੇ, ਇੱਧਰ ਪੇਟੀ ਦੇ ਵਿੱਚ ਵੀ ਆਪਾਂ ਛੱਲ ਮਾਰਤੇ ਨੇ, ਅਤੇ ਇੱਧਰ ਆਪਣਾ ਹੁਣ ਬਸ ਇਹਦਾ ਵੂਫਰ ਖੁੱਲ੍ਹ ਕੇ ਅੰਦਰ ਨਟ ਕਸੇ ਜਾਣਗੇ, ਅਤੇ ਮਤਲਬ ਕਿ ਇਹਦੇ ਵਿੱਚ ਗੈਪ ਨਹੀਂ ਕੋਈ ਰਹੂਗੀ। ਜ਼ਿਆਦਾਤਰ ਵੀ ਕਈ ਵਾਰ ਬੰਦਾ ਟੂਲ ਪਰ ਟੂਲ ਵੀ ਪਿੱਛੇ ਥੋੜ੍ਹਾ ਜਿਹੀ ਦਿੱਕਤ ਦੇ ਜਾਂਦਾ, ਅਤੇ ਇੱਦਾਂ ਲੱਗ ਜੂਗਾ ਇਹ।
ਦੋਸਤੋ ਲਓ ਜੀ ਹੋ ਗਿਆ ਰੈਡੀ ਅਤੇ ਆਪਾਂ ਪਲੇਅਰ ਆ ਜਾਓ ਇਹਦੇ ਉੱਤੇ ਕੱਸ ਦਿੱਤਾ ਬਿਲਕੁਲ ਓਕੇ ਦੇਖੋ ਆ ਜੋ ਇਹਦੇ ਨੀਚੇ ਲੱਗੀ ਵੀ ਹੈ ਡਬਲ ਟੇਪ ਹੈ ਆਹ ਸਾਰੀ ਏ ਟੂ ਜੈਡ ਡਬਲ ਟੇਪ ਹੈਗੀ ਡਬਲ ਟੇਪ ਲੱਗੀ ਹੋਈ ਇਹਦੇ ਇਹ ਡਬਲ ਟੇਪ ਤਾਂ ਲਾਈ ਹੈ ਕਿਉਂਕਿ ਪ੍ਰੋਪਰ ਜੋ ਪਲੇਅਰ ਆ ਨਾ ਨਾਲ ਇਹਦੇ ਐਡਜਸਟ ਕਰ ਜੇ ਵੀ ਨਾਲ ਇਹਦੇ ਲੱਗ ਜੇ ਪੂਰਾ ਪ੍ਰੋਪਰ ਅਤੇ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਵਗੈਰਾ ਇਹਦੇ ਪਲੇਅਰ ਦੀ ਏ ਟੂ ਜੈਡ ਦੇਖੋ ਵੀ ਕਈ ਮੇਰੇ ਦੋਸਤਾਂ ਨੇ ਬੈਕ ਅਤੇ ਪਿੱਛੇ ਆਪਾਂ ਪਲੇਅਰ ਲਾਉਣਾ ਹੁੰਦਾ ਨਾ ਉਹਦੇ ਲਈ ਬਿਲਕੁਲ ਸਹੀ ਇੱਕ ਅਤੇ ਤੁਸੀਂ ਵੀਡੀਓ ਦੇਖ ਲਈ ਆਪਣੀ ਪੂਰੀ ਅਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਯਾਰੋ ਕਿ ਇੱਦਾਂ ਹੀ ਤੁਹਾਡੇ ਰਿਲੇਟਡ ਵਧੀਆ ਵਧੀਆ ਨੌਲੇਜ ਵਾਲੀ ਵੀਡੀਓ ਲੈ ਕੇ ਆਉਂਦਾ ਰਹਾਂਗੇ ਵੀ ਕਿੱਦਾਂ ਕਿੱਦਾਂ ਕੀ ਪਲੇਅਰ 'ਚ ਕੀ ਕੁਛ ਹੁੰਦਾ ਗਾ ਕਿਉਂਕਿ ਜੋ ਜੋ ਨੌਲੇਜ ਆਪਣੇ ਚੈਨਲ ਤੋਂ ਮਿਲੂਗੀ ਉਹ ਤੁਹਾਨੂੰ ਕਿਸੇ ਵੀ ਚੈਨਲ ਤੋਂ ਨਹੀਂ ਮਿਲੂਗੀ ਅਤੇ ਇਹ ਤੁਸੀਂ ਦੇਖ ਸਕਦੇ ਹੋ ਫਸਟ ਜੋ ਹਿੱਟ ਸਿੰਘ ਆ ਪੇਟੀ ਜੋ ਸਿੱਧੀ ਲੱਗ ਜਾਣੀ ਹੈ ਇਹ ਤੋਂ ਬਾਅਦ ਵਿੱਚ ਇਹਦੇ ਵਿੱਚ ਜੈਕ ਵਗੈਰਾ ਲੱਗ ਜਾਣੇ ਆ ਕੋਲੀ ਦੇਖੋ ਜੈਕ ਵਗੈਰਾ ਲੱਗ ਕੇ ਉਹਦੇ ਗਿੱਟੀਆਂ ਵਗੈਰਾ ਲੱਗ ਕੇ ਬਿਲਕੁਲ ਫਿਕਸ ਕੰਮ ਹੋ ਜਾਣਾ ਵੀ ਬਹੁਤ ਸਫਾਈ ਆਉਂਦੀ ਹੈ ਇੱਦਾਂ ਕੰਮ 'ਚ ਵੀ ਸਿੰਗਲ ਇੱਕ ਜੋ ਸਿੰਗਲ ਵਾਇਰ ਹੈ ਉਹ ਹੁੱਡ ਦੇ ਨਾਲ ਨਾਲ ਜਾ ਕੇ ਸਿੱਧੀ ਉਹਦੇ ਵਿੱਚ ਲੱਗ ਜਾਂਦੇ ਬਾਕੀ ਇਹ ਗੱਲ ਦਾ ਮੇਰਾ ਵੀਰ ਖਾਸ ਧਿਆਨ ਰੱਖਿਓ ਵੀ ਜੋ ਪੱਤੀ ਆ ਉਹ ਜ਼ਰੂਰ ਬਣਵਾ ਲਿਆ ਕਰੋ ਕਿਉਂਕਿ ਦੇਖੋ ਪਲੇਅਰ ਦੇਖੋ ਜੇ ਹਿਲਦਾ ਤਾਂ ਸਾਰੀ ਪੇਟੀ ਹਿਲਦੀ ਆ ਇੰਨੀ ਜ਼ਿਆਦਾ ਪਕੜਾ ਅਤੇ ਆ ਜੋ ਡਬਲ ਟੇਪ ਲਾਉਣੀ ਆ ਤਾਂ ਇਹ ਜ਼ਰੂਰ ਲਾਉਣੀ ਆ ਨਹੀਂ ਤੁਹਾਨੂੰ ਦਿੱਕਤ ਦਊਗੀ ਵੀ ਡੈੱਕ ਦੇ ਵਿੱਚ ਉਹ ਪਲੇਅਰ ਹੈ ਜੂਗੀ ਉਹ ਤਾਂ ਪਲੇਅਰ ਹੋਊਗੀ ਕਿਉਂਕਿ ਵਿਚਾਲੇ ਸੈਂਟਰ ਦੇ ਵਿੱਚ ਬਾਡੀ ਦੇ ਵਿੱਚ ਨਟ ਹੁੰਦਾ ਗਾ ਅਤੇ ਡਬਲ ਟੇਪ ਜ਼ਰੂਰ ਲਾਇਓ ਮੇਰਾ ਵੀਰ ਅਤੇ ਦੋਸਤੋ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਨੈਕਸਟ ਵੀਡੀਓ 'ਚ ਆਪਾਂ ਕੋਈ ਘੈਂਟ ਜਿਹੀ ਹੋਰ ਵੀਡੀਓ ਲੈ ਕੇ ਆਵਾਂਗੇ ਅਤੇ ਜਿਹੜੀ ਤੁਹਾਨੂੰ ਚੰਗੀ ਲੱਗੇ ਅਤੇ ਤੁਹਾਨੂੰ ਨੌਲੇਜ ਮਿਲੇ ਵੀ ਇੱਦਾਂ ਕਰਕੇ ਵੀ ਆਹ ਪ੍ਰੋਬਲਮ ਆ ਅਤੇ ਤੁਹਾਨੂੰ ਪਤਾ ਸਿਰਫ ਆਪਾਂ ਆਪਦੀ ਪਲੇਅਰ ਦੀ ਆਪਾਂ ਸਿਰਫ ਆਪਾਂ ਵੇਚਣ ਤੱਕ ਆਪਾਂ ਨੂੰ ਨਹੀਂ ਹੈਗਾ ਵੀ ਆਪਾਂ ਸੇਲ ਕਰਨੇ ਆ ਸਿਰਫ ਕਈ ਮੇਰੇ ਯਾਰਾਂ ਦੋਸਤਾਂ ਨੂੰ ਸਿਰਫ ਸੇਲ ਕਰਨ ਤੱਕ ਮਤਲਬ ਆ ਪਰ ਨਹੀਂ ਆਪਾਂ ਸੇਲ ਨਹੀਂ ਕਰਦੇ ਆਪਾਂ ਹਰ ਇੱਕ ਚੀਜ਼ ਬਾਰੇ ਨੌਲੇਜ ਦੇ ਕੇ ਅਤੇ ਜਿਹੜੇ ਮੇਰੇ ਵੀਰ ਨੂੰ ਚੰਗਾ ਲੱਗਦਾ ਉਹ ਆਪਾਂ ਤੋਂ ਪਲੇਅਰ ਵਗੈਰਾ ਲੈ ਕੇ ਵੀ ਜਾਂਦੇ ਆ ਅਤੇ ਡੈੱਕ ਲੈ ਕੇ ਜਾਂਦੇ ਆ ਓਕੇ ਦੋਸਤੋ ਮਿਲਦੇ ਨੈਕਸਟ ਵੀਡੀਓ 'ਚ ਅਤੇ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਅਤੇ ਹੋਰ ਘੈਂਟ ਘੈਂਟ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ ਚੈਨਲ 'ਤੇ ਅਤੇ ਓਕੇ ਦੋਸਤੋ ਬਾਏ।